ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ ਪਿਆਰੀ ਸਾਧ ਸੰਗਤ ਅੱਜ 21ਵੀਂ ਸਦੀ ਵਿੱਚ ਮਨੁੱਖ ਨੇ ਹਰ ਪੱਖੋਂ ਤਰੱਕੀ ਤਾਂ ਬਹੁਤ ਕਰ ਲਈ ਹੈ ਪਰ ਸਮਾਜਿਕ ਪੱਖ ਵਿੱਚ ਰਿਸ਼ਤਿਆਂ ਪੱਖੋਂ ਇਹ ਥੋੜਾ ਕਮਜ਼ੋਰ ਤੇ ਲਾਪਰਵਾਹ ਨਜ਼ਰ ਆ ਰਿਹਾ ਹੈ ਅੱਜ ਇਸ ਨਿਤ ਕਈ ਤਰ੍ਹਾਂ ਦੀ ਖਬਰਾਂ ਸੁਣਦੇ ਹਾਂ ਜਿਵੇਂ ਤਲਾਕ ਦੀਆਂ ਲੜਾਈ ਝਗੜਿਆਂ ਦੀਆਂ ਇਹ ਸਭ ਕੁਝ ਆਮ ਜਿਹਾ ਹੋ ਗਿਆ ਹੈ ਹੁਣ ਰਿਸ਼ਤਾ ਬੇਸ਼ੱਕ ਕੋਈ ਵੀ ਹੋਵੇ ਉਸ ਨੂੰ ਵਿਸ਼ਵਾਸ ਅਤੇ ਜ਼ਿੰਮੇਵਾਰੀ ਨਾਲ ਨਿਭਾਉਣਾ ਹਰ ਇਨਸਾਨ ਦਾ ਆਪਣਾ ਫਰਜ਼ ਹੈ ਪਰ ਅੱਜ ਕੱਲ ਹਰ ਮਨੁੱਖ ਆਪਣੀ ਵਿਅਸਥ ਜਿੰਦਗੀ ਵਿੱਚ ਆਪਣੇ ਕਾਰੋਬਾਰ ਅਤੇ ਪੈਸੇ ਵੱਲ ਜ਼ਿਆਦਾ ਧਿਆਨ ਦੇ ਰਿਹਾ ਹੈ ਰਿਸ਼ਤਿਆਂ ਦਾ ਆਪਣਾਪਣਤਾ ਕਿਤੇ ਖੋ ਹੀ ਗਿਆ ਹੈ ਇਸ ਦਾ ਇੱਕ ਵੱਡਾ ਕਾਰਨ ਮਨੁੱਖੀ ਜੀਵਨ ਵਿੱਚ ਪੈਦਾ ਹੋ ਗਈ ਸਹਿਨਸ਼ੀਲਤਾ ਵੀ ਹੈ ਅੱਜ ਹਰ ਕੋਈ ਅਮੀਰ ਬਣਨ ਤੇ ਖੁਦ ਨੂੰ ਅੱਗੇ ਕੱਢਣ ਦੇ ਚੱਕਰ ਵਿੱਚ ਹੈ ਜੋ ਕਿ ਬਹੁਤ ਵਧੀਆ ਗੱਲ ਵੀ ਹੈ ਹਰ ਮਨੁੱਖ ਸੁਪਨੇ ਸਜਾਉਂਦਾ ਹੈ ਤੇ ਉਸ ਨੂੰ ਪੂਰਾ ਕਰਨ ਦੀ ਹਰ ਕਾਮਯਾਬ ਕੋਸ਼ਿਸ਼ ਵੀ ਕਰਦਾ ਹੈ ਪਰ ਮੁਸ਼ਕਿਲ ਉਸ ਸਮੇਂ ਆਉਂਦੀ ਹੈ ਜਦੋਂ ਸਾਡੇ ਰਾਹ ਗਲਤ ਹੋ ਜਾਂਦੇ ਨੇ ਅਸੀਂ ਖੁਦ ਨੂੰ ਅੱਗੇ ਲੈ ਕੇ ਜਾਣ ਦੀ ਬਜਾਏ ਦੂਸਰਿਆਂ ਨੂੰ ਨੀਵਾ ਕਰਨਾ ਸ਼ੁਰੂ ਕਰ ਦਿੰਦੇ ਹਾਂ ਕਹਿਣ ਤੋਂ ਭਾਵ ਹੈ ਸਾਡੀ ਸੋਚ ਵਿੱਚ ਅਵਗੁਨਾ ਦਾ ਪ੍ਰਵੇਸ਼ ਆ ਜਾਂਦਾ ਹੈ ਜੋ ਕਿ ਗਲਤ ਤਰੀਕੇ ਨਾਲ ਤਰੱਕੀ ਪਾਉਣ ਦੀ ਆਸ ਪੈਦਾ ਹੁੰਦੀ ਹੈ ਇਹ ਸਭ ਚੀਜ਼ਾਂ ਮਨੁੱਖ ਨੂੰ ਅਸਹਿਣਸ਼ੀਲਤਾ ਵੱਲ ਲੈ ਕੇ ਜਾਂਦੀਆਂ ਨੇ ਗੁੱਸਾ ਤਾਂ ਇਸ ਦਾ ਵੱਡਾ ਭਾਗ ਹੈ ਗੁੱਸੇ ਨੇ ਪਤਾ ਨਹੀਂ ਕਿੰਨੇ ਹੀ ਰਿਸ਼ਤਿਆਂ ਨੂੰ ਖਤਮ ਕਰ ਦਿੱਤਾ ਹੈ ਇੱਕ ਪਲ ਦਾ ਗੁੱਸਾ ਸਾਲਾਂ ਦੇ ਬਣੇ ਪਿਆਰ ਨੂੰ ਖਤਮ ਕਰ ਦਿੰਦਾ ਹੈ। ਗੁੱਸੇ ਵਿੱਚ بے ਕਾਬੂ ਹੋਇਆ ਬੰਦਾ ਖੁਦ ਲਈ ਤਾਂ ਹਾਨੀ ਕਰਖੈ ਹੀ ਪਰ ਦੂਜਿਆਂ ਲਈ ਵੀ ਪਰੇਸ਼ਾਨੀ ਦਾ ਕਾਰਨ ਬਣ ਜਾਂਦਾ ਹੈ। ਇਸ ਨਾਲ ਕੇਵਲ ਰਿਸ਼ਤੇ ਹੀ ਨਹੀਂ ਟੁੱਟਦੇ ਬਲਕਿ ਕਈ ਤਰ੍ਹਾਂ ਦੀਆਂ ਮਾਨਸਿਕ ਬਿਮਾਰੀਆਂ ਵੀ ਆ ਘੇਰਦੀਆਂ ਨੇ। ਗੁੱਸਾ ਤਾਂ ਆਪਣੇ ਆਪ ਵਿੱਚ ਹੀ ਇੱਕ ਬਿਮਾਰੀ ਹੈ। ਗੁੱਸੇ ਵਿੱਚ ਆ ਕੇ ਮਨੁੱਖ ਸਭ ਰਿਸ਼ਤੇ ਨਾਤੇ ਭੁੱਲ ਜਾਂਦਾ ਹੈ ਤੇ ਪਤਾ ਨਹੀਂ ਕੀ ਕੀ ਕਰ ਬੈਠਦਾ ਹੈ ਇਸ ਨਾਲ ਕਈ ਸਾਲਾਂ ਦੇ ਬਣੇ ਰਿਸ਼ਤਿਆਂ ਵਿੱਚ ਦਰਾਰਾਂ ਪੈ ਜਾਂਦੀਆਂ ਨੇ ਇਸ ਲਈ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਸਮਾਜ ਦੇ ਹੋਰ ਕੰਮ ਕਰਦੇ ਹੋਏ ਵੀ ਅਸੀਂ ਆਪਣੇ ਰਿਸ਼ਤਿਆਂ ਵੱਲ ਵੀ ਧਿਆਨ ਦੇਈਏ ਉਹਨਾਂ ਨੂੰ ਪਿਆਰ ਤੇ ਵਿਸ਼ਵਾਸ ਨਾਲ ਬਣਾ ਕੇ ਰੱਖੀਏ ਆਖਿਰ ਇਹ ਪੈਸਾ ਤੇ ਐਸ਼ੋ ਆਰਾਮ ਬੰਦਾ ਆਪਣੇ ਲਈ ਹੀ ਤਾਂ ਕਮਾਉਂਦਾ ਹੈ ਪਰ ਜੇ ਆਪਣੇ ਹੀ ਕੋਲ ਨਾ ਹੋਏ ਤਾਂ ਇਹ ਪੈਸੇ ਤੇ ਐਸ਼ੋ ਆਰਾਮ ਕਿਸ ਕੰਮ ਦਾ ਜੇ ਮਨੁੱਖ ਨੇ ਅਸਲੀ ਖੁਸ਼ੀ ਨੂੰ ਪਾਉਣਾ ਹੈ ਉਸ ਨੂੰ ਆਪਣੇ ਪਿਆਰੇ ਰਿਸ਼ਤਿਆਂ ਨੂੰ ਪਿਆਰ ਤੇ ਵਿਸ਼ਵਾਸ ਨਾਲ ਪਰੋ ਕੇ ਰੱਖਣਾ ਪਏਗਾ ਵਰਨਾ ਜਿਵੇਂ ਲੱਕੜ ਨੂੰ ਹੌਲੀ-ਹੌਲੀ ਘੋਣ ਖਾ ਜਾਂਦਾ ਹੈ ਐਵੇਂ ਹੀ ਤੁਹਾਡੀ ਅਸਹਿਣਸ਼ੀਲਤਾ ਤੇ ਗੁੱਸਾ ਤੁਹਾਡੇ ਰਿਸ਼ਤਿਆਂ ਨੂੰ ਖੋਖਲਾ ਬਣਾ ਦੇਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ